ਫਿਲੀਪੀ ਸ਼ਹਿਰ ਵਿੱਚ ਪੌਲਸ ਕੰਨੇ ਸਿਲਾਸ। ਜਦੋਂ ਸ਼ਾਊਲ ਨੇ ਸਾਰੇ ਰੋਮੀ ਸਮਰਾਜ ਵਿੱਚ ਯਾਤਰਾ ਕੀਤੀਆਂ ਤਾਂ ਉਹਨੇ ਆਪਣੇ ਰੋਮੀ ਨਾਲ ਪੌਲਸ ਦਾ ਇਸਤੇਮਾਲ ਕਰਨਾ ਸ਼ੁਰੂ ਕਰ ਦਿੱਤਾ। ਇੱਕ ਦਿਨ ਪੌਲਸ ਕੰਨੇ ਉਹਦਾ ਮਿੱਤਰ ਸਿਲਾਸ ਫਿਲੀਪੀ ਸ਼ਹਿਰ ਵਿੱਚ ਯਿਸੂ ਦੇ ਬਾਰੇ ਵਿੱਚ ਸ਼ੁਭ ਸੰਦੇਸ਼ ਸੁਣਾਉਣੇ ਤਾਈਂ ਗਏ। ਸਹਿ ਸ਼ਹਿਰ ਦੇ ਬਾਹਰ ਨਦੀਆ ਦੇ ਪੱਖੇ ਇੱਕ ਜਗ੍ਹਾ ਪਰ ਗਏ ਜਿੱਥੋਂ ਲੋਕ ਪ੍ਰਾਰਥਨਾ ਕਰਨੇ ਤਾਈਂ ਗਿੱਠਾ ਹੋਇਓ ਥੇ। ਉੱਥੋਂ ਸਹਿ ਲੁਧਿਆ ਨਾਏ ਦੀ ਇੱਕ ਜਨਾਨੀਆ ਲਾ ਮਿਲੇ ਜਿਹੜੀ ਇੱਕ ਵਪਾਰੀ ਥੀ। ਸਹਿ ਪਰਮੇਸ਼ਰੇ ਲਾ ਪਿਆਰ ਕਰਦੀ ਥੀ, ਕੰਨੇ ਉਹਦੀ ਆਰਾਧਨਾ ਕਰਦੀ ਥੀ। ਪਰਮੇਸ਼ਰੇ ਲੁਧਿਆ ਜੋ ਯਿਸੂ ਦੇ ਬਾਰੇ ਚ ਸੰਦੇਸ਼ ਸੁਣਾਇਆ, ਕੰਨੇ ਉਹਨਾਂ ਯਿਸੂ ਮਸੀਹ ਪਰ ਭਰੋਸਾ ਕੀਤਾ। ਪੌਲਸ ਕੰਨੇ ਸਿਲਾਸੇ ਉਸ ਯੋ ਕੰਨੇ ਉਹਦੇ ਪਰਿਵਾਰੇ ਜੋ ਬਪਤਿਸਮਾ ਦਿੱਤਾ। ਉਹਨਾਂ ਪੌਲਸ ਕੰਨੇ ਸਿਲਾਸੇ ਜੋ ਆਪਣੇ ਘਰੇ ਰੁਕਣੇ ਤਾਈਂ ਸੱਦਾ ਦਿੱਤਾ। ਇਸ ਤਾਈਂ ਸਹਿ ਉੱਥੋਂ ਰੁਕੀ ਗਏ। ਪੌਲਸ ਕੰਨੇ ਸਿਲਾਸ ਲੋਕਾਂ ਨੇ ਅਕਸਰ ਉਸ ਜਗ੍ਹਾ ਪਰ ਮਿਲਦੇ ਥੇ ਜਿੱਥੋਂ ਯਹੂਦੀ ਲੋਕ ਪ੍ਰਾਰਥਨਾ ਕਰਦੇ ਥੇ। ਹਰ ਰੋਜ਼ ਸਹਿ ਜਾਲੂ ਉੱਥੋਂ ਜਾਂਦੇ ਥੇ ਤਾਂ ਇੱਕ ਗੁਲਾਮ ਕੁੜੀ ਜਿਸਾ ਅੰਦਰ ਬੁਰੀ ਆਤਮਾ ਥੀ ਸਹਿ ਉਹਨਾਂ ਦਾ ਪੀਛਾ ਕਰਦੀ ਥੀ। ਬੁਰੀ ਆਤਮਾ ਦੇ ਜ਼ਰੀਏ ਸਹਿ ਲੋਕਾਂ ਦਾ ਭਵਿਸ਼ਾ ਦੱਸਦੀ ਥੀ। ਲੋਕਾਂ ਦਾ ਭਵਿਸ਼ਾ ਦੱਸੀ ਕਰੀ ਸਹਿ ਆਪਣੇ ਮਾਲਕਾਂ ਤਾਈਂ ਬੜੇ ਪੈਸੇ ਕਮਾਉਂਦੀ ਥੀ। ਉਹਨਾਂ ਦੇ ਜਾਂਦੇ ਵਕਤ ਇਹ ਗੁਲਾਮ ਕੁੜੀ ਚਿਲਾਈ ਕਰੀ ਬੋਲਦੀ ਥੀ ਕਿ ਇਹ ਮਰਦ ਪਰਮ ਪਿਤਾ ਪਰਮੇਸ਼ਰੇ ਦੇ ਸੇਵਕ ਨ, ਇਹ ਤੁਹਾਨੂੰ ਉਧਾਰ ਪਾਣੇ ਦਾ ਰਸਤਾ ਦੱਸਾ ਦੇਣ। ਸਹਿ ਰੋਜ਼ ਹੀ ਐਸਾ ਕਰਦੀ ਥੀ ਜਿਸਾ ਵਜ੍ਹਾ ਨੇ ਪੌਲਸ ਨਾਰਾਜ਼ ਹੋਈ ਗਿਆ। ਆਖਰੀ ਚ ਇੱਕ ਦਿਨ ਜਲ ਉਹਨਾਂ ਗੁਲਾਮ ਕੁੜੀਆ ਚਿਲਾਣਾ ਸ਼ੁਰੂ ਕੀਤਾ ਤਾਂ ਪੌਲਸ ਉਸਾ ਵੱਲ ਮੁੜੀ ਕਰੀ ਆਇਆ, ਕੰਨੇ ਉਸਾ ਦੇ ਅੰਦਰੇ ਦੀਆ ਬੁਰੀਆ ਆਤਮਾ ਜੋ ਬੋਲਿਆ, ਯਿਸੂ ਦੇ ਨਾਂ ਲਾ ਇਹਦੇ ਚ ਨਿਕਲੀ ਜਾ। ਤਲੂ ਹੀ ਸਹਿ ਬੁਰੀ ਆਤਮਾ ਉਸ ਜੋ ਛੱਡੀ ਕਰੀ ਚਲੀ ਗਈ। ਉਸਾ ਗੁਲਾਮ ਕੁੜੀਆ ਦੇ ਮਾਲਿਕ ਬੜੇ ਗੁੱਸਾ ਹੋਈ ਗਏ। ਉਹਨਾਂ ਜੋ ਪਤਾ ਲੱਗੀ ਗਿਆ ਕਿ ਬਿਨਾਂ ਉਸਾ ਬੁਰੀਆ ਆਤਮਾ ਦੇ ਇਹ ਕੁੜੀ ਲੋਕਾਂ ਦਾ ਭਵਿਸ਼ਿਆ ਨਹੀਂ ਦੱਸੀ ਸਕਦੀ ਥੀ। ਇਹਦਾ ਮਤਲਬ ਥਾ ਕਿ ਲੋਕਾਂ ਹੁਣ ਉਹਦੇ ਮਾਲਕਾਂ ਜੋ ਪੈਸਾ ਨਹੀਂ ਦੇਣਾ। ਇਸ ਤਾਈਂ ਉਸਾ ਗੁਲਾਮ ਕੁੜੀਆ ਦੇ ਮਾਲਿਕ ਪੌਲਸ ਕੰਨੇ ਸਿਲਾਸ ਜੋ ਰੋਮੀ ਅਧਿਕਾਰੀਓਂ ਵੱਲ ਲਈਏ। ਉਹਨਾਂ ਪੌਲਸ ਕੰਨੇ ਸਿਲਾਸੇ ਜੋ ਮਾਰਿਆ ਕੁੱਟਿਆ ਕੰਨੇ ਫਿਰੀ ਉਹਨਾਂ ਜੋ ਜੇਲ੍ਹ ਖਾਨੇ ਚ ਪਾਈ ਦਿੱਤਾ। ਉਹਨਾਂ ਪੌਲਸ ਕੰਨੇ ਸਿਲਾਸੇ ਜੋ ਜੇਲ੍ਹਾਂ ਚ ਐਸੀਏ ਜਗ੍ਹਾ ਪਰ ਰੱਖਿਆ ਜਿੱਥੋਂ ਸਾਰਿਆਂ ਲਾ ਜ਼ਿਆਦਾ ਸਿਪਾਹੀ ਥੇ। ਸਿਪਾਹੀਆਂ ਉਹਨਾਂ ਦੇ ਪੈਰਾਂ ਜੋ ਲੱਕੜੀਆਂ ਦੇ ਬੜੇ ਬੜੇ ਟੁਕੜਿਆਂ ਚ ਬੰਨੀ ਦਿੱਤਾ। ਪਰ ਪੌਲਸ ਕੰਨੇ ਸਿਲਾਸ ਅੱਧੀਆਂ ਰਾਤੀ ਦਿਕਰ ਪਰਮੇਸ਼ਰ ਦੇ ਭਜਨ ਗਾ ਦੇ ਥੇ। ਅਚਾਨਕ ਇੱਕ ਭਿਅੰਕਰ ਭੂਕੰਪ ਹੋਇਆ, ਜੇਲ੍ਹਾਂ ਦੇ ਸਾਰੇ ਦਰਵਾਜ਼ੇ ਖੁੱਲੀ ਗਏ, ਕੰਨੇ ਸਾਰੇ ਕੈਦੀਆਂ ਦੇ ਉਂਗਲ ਖੁੱਲੀ ਗਏ ਜਿਨ੍ਹਾਂ ਨੇ ਸਹਿ ਬੰਨਿਓ ਥੇ। ਤਲੂ ਦਰੋਗਾ ਜੋ ਜਾਗ ਆਈ ਗਈ,
ਉਨੀ ਦੇਖਿਆ ਕਿ ਜੇਲਾ ਦੇ ਸਾਰੇ ਦਰਵਾਜੇ ਖੁੱਲੇ ਨ। ਉਨੀ ਸੋਚਿਆ ਕਿ ਸਾਰੇ ਕੈਦੀ ਬਚੀ ਕਰੀ ਨੱਠੀ ਗਈ ਹੋਣੇ। ਸਹਿ ਡਰੀ ਗਿਆ ਕਿ ਉਹਨਾਂ ਦੇ ਨੱਠੀ ਜਾਣੇ ਦੀ ਵਜ੍ਹਾ ਲਾ ਰੋਮੀ ਅਧਿਕਾਰੀਆਂ ਉਸ ਜੋ ਮਾਰੀ ਦੇਣਾ। ਇਸ ਤਾਈ ਸਹਿ ਆਪੂ ਜੋ ਮਾਰੀ ਦੇਣੇ ਤਾਈ ਤਿਆਰ ਹੋਈ ਗਿਆ। ਪਰ ਪੌਲਸੈ ਉਸ ਜੋ ਦੇਖੀ ਕਰੀ ਬੋਲਿਆ, ਰੁਕੀ ਜਾ, ਕੁਛ ਮਤ ਕਰਦਾ, ਆਸਾਂ ਸਾਰੇ ਇਥੋਂ ਹੀ ਨ। ਉਨੀ ਦਰੋਗਾ ਕੰਬਦੇ ਕੰਬਦੇ ਪੌਲਸ ਕੰਨੇ ਸਿਲਾਸੇ ਵੱਲ ਆਈ ਕਰੀ ਪੁੱਛਿਆ, ਉਧਾਰ ਪਾਣੇ ਤਾਈ ਮੈਂ ਕਿਆ ਕਰਾਂ? ਪੌਲਸੈ ਜਵਾਬ ਦਿੱਤਾ, ਪ੍ਰਭੂ ਯੇਸ਼ੂ ਪਰ ਭਰੋਸਾ ਕਰ, ਤਾਂ ਤੂੰ ਕੰਨੇ ਤੇਰੇ ਘਰਾਨੇ ਦਾ ਉਧਾਰ ਹੋਣਾ। ਤਾਲੂ ਸੈ ਦਰੋਗਾ ਪੌਲਸ ਕੰਨੇ ਸਿਲਾਸੇ ਜੋ ਆਪਣੇ ਘਰੇ ਜੋ ਲਈ ਆਇਆ, ਕੰਨੇ ਉਹਨਾਂ ਦੇ ਜ਼ਖਮਾਂ ਚ ਦਵਾਈ ਲਾਈ। ਪੌਲਸੈ ਉਹਦੇ ਘਰੇ ਦੇ ਸਾਰੇ ਲੋਕਾਂ ਜੋ ਯੇਸ਼ੂ ਦੇ ਬਾਰੇ ਚ ਸ਼ੁਭ ਸੰਦੇਸ਼ ਸੁਣਾਇਆ। ਦਰੋਗਾ ਕੰਨੇ ਉਹਦੇ ਪੂਰੇ ਪਰਿਵਾਰ ਯੇਸ਼ੂ ਪਰ ਭਰੋਸਾ ਕੀਤਾ। ਇਸ ਤਾਈ ਪੌਲਸ ਕੰਨੇ ਸਿਲਾਸੇ ਉਹਨਾਂ ਜੋ ਬਪਤਿਸਮਾ ਦਿੱਤਾ। ਉਹਦੇ ਬਾਅਦ ਦਰੋਗੇ ਪੌਲਸ ਕੰਨੇ ਸਿਲਾਸ ਜੋ ਖਾਣਾ ਖੁਆਇਆ, ਕੰਨੇ ਉਹਨਾਂ ਸਾਰਿਆਂ ਖੁਸ਼ੀ ਮਨਾਈ। ਅਗਲੇ ਦਿਨ ਸ਼ਹਿਰੇ ਦੇ ਅਗਵਾਇਆ ਪੌਲਸ ਕੰਨੇ ਸਿਲਾਸ ਜੋ ਜੇਲਾ ਲਾ ਆਜ਼ਾਦ ਕਰੀ ਦਿੱਤਾ। ਕੰਨੇ ਫਿਲੀਪੀ ਲਾ ਚਲੀ ਜਾਣੇ ਤਾਈ ਬੋਲਿਆ। ਪੌਲਸ ਕੰਨੇ ਸਿਲਾਸ ਲੁਧੀਆ ਕੰਨੇ ਕੁਛ ਹੋਰ ਮਿੱਤਰਾਂ ਸੋਗੀ ਮਿਲੇ, ਉਹਦੇ ਬਾਅਦ ਉਥੋਂ ਲਾ ਚਲੀ ਗਏ। ਯੀਸ਼ੂਏ ਦੇ ਬਾਰੇ ਚ ਸ਼ੁਭ ਸੰਦੇਸ਼ ਫੈਲਦਾ ਗਿਆ, ਕੰਨੇ ਕਲੀਸੀਆ ਵਧਦੀ ਗਈ। ਪੌਲਸੇ ਕੰਨੇ ਹੋਰ ਮਸੀਹੀ ਅਗਵਾਇਆਂ ਮਤੀਆਂ ਸ਼ਹਿਰਾਂ ਦੀ ਯਾਤਰਾ ਕੀਤੀ, ਉਹਨਾਂ ਲੋਕਾਂ ਜੋ ਯੇਸ਼ੂ ਦੇ ਬਾਰੇ ਚ ਸ਼ੁਭ ਸੰਦੇਸ਼ ਸੁਣਾਇਆ, ਉਹਨਾਂ ਕਲੀਸੀਆ ਦੇ ਵਿਸ਼ਵਾਸੀਆਂ ਜੋ ਉਤਸ਼ਾਹਿਤ ਕਰਨੇ, ਕੰਨੇ ਸ਼ਿਕਸ਼ਾ ਦੇਣੇ ਤਾਈ ਕਈ ਚਿੱਠੀਆਂ ਵੀ ਲਿਖੀਆਂ। ਇਹਨਾਂ ਚ ਕਈ ਚਿੱਠੀਆਂ ਬਾਈਬਲ ਦੀਆਂ ਕਿਤਾਬਾਂ ਬਣੀ ਗਈਆਂ। ਪ੍ਰੇਰਤਾਂ ਦੇ ਕੰਮ 16 ਦਾ 11 ਲਾ 40 ਲਾ ਇੱਕ ਬਾਈਬਲ ਦੀ ਕਹਾਣੀ।